ਆਪਾਂ ਸਭ ਨੂੰ ਇਹ ਸ਼ਬਦ ਯਾਦ ਹੈ। ਹਰ ਰੋਜ਼ ਅਰਦਾਸ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਵਿੱਚੋਂ ਇਹ ਸ਼ਬਦ ਪੜ੍ਹਿਆ ਜਾਂਦਾ, ਤੂੰ ਠਾਕੁਰ ਤੂੰ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਆਓ ਸਾਰੇ ਕਰੋ ਰਸਨਾ ਪਵਿੱਤਰ, ਸਾਰੇ ਹੀ ਆਪਾਂ ਇਹ ਸ਼ਬਦ ਦਾ ਕੀਰਤਨ ਕਰੀਏ ਜੀ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਮਾਤ ਪਿਤਾ ਹਮ ਬਾਰਕ ਤੇਰੇ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਘਨੇਰੇ, ਤੁਮਰੀ ਕਿਰਪਾ ਮੈਂ ਸੁਖ ਘਨੇਰੇ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮ ਮਾਤ ਪਿਤਾ ਹਮ ਬਾਰਕ। ਤੂੰ ਠਾਕੁਰ ਤੁਮ ਪੈ ਅਰਦਾਸ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਘਨੇਰੇ, ਤੁਮਰੀ ਕਿਰਪਾ ਮੈਂ ਸੁਖ ਘਨੇਰੇ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਕੋਈ ਨਾ ਜਾਣੇ ਤੁਮਰਾ ਅੰਤ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਤੂੰ ਠਾਕੁਰੀ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਘਨੇਰ, ਸੁਖ ਸੁਖ ਘਨੇਰ,
कोई ना जाने तुम्हारा अंत, कोई ना जाने ऊंचे ते ऊंचा भगवंत, ऊंचे ते ऊंचा भगवंत, तुम मात पिता हम बालक तेरे, तुम मात पिता हम बालक तेरे, तुम्हारी कृपा में सुख घनेरे, तुम्हारी कृपा में सुख घनेरे, तुम मात पिता हम बालक तेरे, तुम मात पिता हम बालक तेरे। सगल समग्री तुमरे सूतर धारी, सगल समग्री तुमरे सूतर धारी, तुम ते हो सगल समग्री तुमरे सुतर तारी, तुम ते हो सो आज्ञाकारी, सगल समग्री जाका तना सगल समग्री जाका तना, आपन जस आप ही सुना आवन जान, एक खेल बनाया आज्ञाकारी की नीमाया। सगल समग्री, सगल समग्री तुमरे सूतर हारी, तुम ते होए सो आज्ञाकारी, तुम्हारी गात मित तुम्हारी जानी, तुम्हारी गात मित तुम्हारी जानी, नानक दास सदा कुर्बानी, नानक दास सदा कुर्बानी, तुम मात पिता हम बालक तेरे, तुम मात पिता हम बालक तेरे, तुम्हारी कृपा में सुख घनेरे, तुम्हारी कृपा में सुख घनेरे, मात पिता हम बालक तेरे, तुम मात पिता हम बालक तेरे।
ही इज द क्रिएटर, ਉਹ ਰਚਨਹਾਰ ਹੈ, ਸਿਰਜਣਹਾਰ ਹੈ, ਅਸੀਂ ਉਹਦੀ ਸਿਰਜਣਾ ਹਾਂ, ਵੀ ਆਰ ਕ੍ਰੀਏਟਿਡ। ਹੀ ਇਜ਼ ਦ ਪ੍ਰੋਟੈਕਟਰ, ਵੀ ਆਰ ਪ੍ਰੋਟੈਕਟਿਡ, ਉਹ ਸਾਡੀ ਰੱਖਿਆ ਕਰਦਾ, ਅਸੀਂ ਉਹਦੇ ਕੋਲੋਂ ਰੱਖਿਆ ਮੰਗਦੇ ਹਾਂ। ਹੀ ਇਜ਼ ਦ ਗਿਵਰ, ਵੀ ਆਰ ਦ ਬੈਗਰਸ, ਉਹ ਦਾਤਾ ਹੈ, ਅਸੀਂ ਮੰਗਦੇ ਹਾਂ। ਅਸੀਂ ਜੀਵ ਰੂਪ ਇਸਤਰੀਆਂ ਹਾਂ, ਉਹ ਸਾਡਾ ਪਤੀ ਹੈ, ਪਰਮ ਪਿਤਾ। ਅਤੇ ਇੱਕ ਇਹ ਵੀ ਬੜਾ ਪਿਆਰਾ ਰਿਸ਼ਤਾ ਜੀ, ਅਸੀਂ ਉਹਦੇ ਬੱਚੇ ਹਾਂ, ਉਹ ਸਾਡਾ ਮਾਂ ਪਿਓ ਹੈ। ਅਤੇ ਇਸ ਸ਼ਬਦ ਵਿੱਚ ਮਹਾਰਾਜ ਇਸ ਰਿਸ਼ਤੇ ਦੀ ਜ਼ਿਕਰ ਕਰਦੇ ਨੇ, ਤੂੰ ਠਾਕੁਰ ਹੈ ਤਾਂ ਤੂੰ ਮੇਰਾ ਮਾਲਕ, ਤੁਮ ਪੈ ਅਰਦਾਸ, ਤੇਰੇ ਹੀ ਚਰਨਾਂ 'ਚ ਅਰਦਾਸ ਹੈ, ਕਿਸੇ ਬੰਦੇ ਕੋਲ ਮੈਂ ਅਰਦਾਸ ਨਹੀਂ ਕਰਦਾ, ਕਿਸੇ ਕਬਰ 'ਤੇ ਜਾ ਕੇ ਮੈਂ ਅਰਦਾਸ ਨਹੀਂ ਕਰਦਾ, ਕਿਸੇ ਮੂਰਤੀ ਅੱਗੇ ਮੈਂ ਅਰਦਾਸ ਨਹੀਂ ਕਰਦਾ, ਮੈਂ ਸਿਰਫ ਤੇਰੇ ਅੱਗੇ ਅਰਦਾਸ ਕਰਦਾ, ਤੂੰ ਠਾਕੁਰ, ਕਿਉਂਕਿ ਮੇਰਾ ਮਾਲਕ ਹੀ ਤੂੰ ਆ। ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ, ਰਾਸ ਮਤਲਬ ਪ੍ਰੋਪਰਟੀ, ਇਹ ਮੇਰੀ ਜ਼ਿੰਦਗੀ, ਇਹ ਮੇਰਾ ਸਰੀਰ, ਇਹ ਸਭ ਤੇਰੀ ਪ੍ਰੋਪਰਟੀ ਹੈ, ਇਹ ਤੇਰਾ ਬਣਾਇਆ ਹੋਇਆ, ਤੇਰਾ ਕ੍ਰੀਏਟ ਕੀਤਾ, ਤੇਰੀ ਪ੍ਰੋਪਰਟੀ ਹੈ, ਤੂੰ ਮਾਲਕ ਹੈ। ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੂੰ ਸਾਡੀ ਮਾਂ ਹੈ, ਤੂੰ ਸਾਡਾ ਪਿਓ ਆ, ਅਸੀਂ ਤੇਰੇ ਬੱਚੇ ਹਾਂ, ਵੀ ਆਰ ਯੋਰ ਚਿਲਡਰਨ, ਯੂ ਆਰ ਮਾਈ ਮਦਰ ਐਂਡ ਫਾਦਰ, ਯੂ ਆਰ ਮਾਈ ਪੇਰੈਂਟਸ। ਤੁਮਰੀ ਕਿਰਪਾ ਮੈਂ ਸੁਖ ਘਨੇਰੇ, ਜੇ ਮੈਨੂੰ ਸੁੱਖ ਮਿਲਣੇ ਨੇ ਤਾਂ ਸਤਿਗੁਰੂ ਜੀ, ਹੇ ਪਰਮਾਤਮਾ ਜੀ, ਤੁਹਾਡੀ ਕਿਰਪਾ ਨਾਲ ਹੀ ਮਿਲਣੇ ਨੇ, ਉੱਦਾਂ ਨਹੀਂ ਮਿਲ ਸਕਦੇ, ਤੇਰੀ ਕਿਰਪਾ ਦੇ ਨਾਲ ਹੀ ਸੁੱਖ ਮਿਲਦੇ ਆ। ਹੋਰ ਸੱਚ ਜਾਣਿਓ, ਜੇ ਉਹਦੀ ਕਿਰਪਾ ਹੋਵੇ ਤਾਂ ਹੀ ਬੰਦਾ ਸੁਖੀ ਹੁੰਦਾ, ਜੇ ਨਹੀਂ ਤਾਂ ਭਾਵੇਂ ਜਿੰਨਾ ਮਰਜ਼ੀ ਅਮੀਰ ਕਿਉਂ ਨਾ ਹੋਵੇ, ਜਿੰਨਾ ਮਰਜ਼ੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਜਿੰਨਾ ਮਰਜ਼ੀ ਟਾਈਕਿਊਨ ਵੱਡਾ ਧਨਾੜ ਕਿਉਂ ਨਾ ਹੋਵੇ, ਸੁਖੀ ਉਦੋਂ ਹੀ ਹੁੰਦਾ ਜਦੋਂ ਪਰਮਾਤਮਾ ਦੀ ਕਿਰਪਾ ਹੋ ਜਾਵੇ, ਕਿਰਪਾ ਤੋਂ ਬਿਨਾਂ ਸੁਖੀ ਨਹੀਂ ਹੁੰਦਾ। ਮਤ ਸੋਚਿਓ ਕਿ ਬਹੁਤ ਅਮੀਰ ਬੰਦਾ ਬਹੁਤ ਸੁਖੀ ਹੁੰਦਾ, ਨਹੀਂ। ਆਮ ਦੁਨੀਆ ਦੇ ਲੋਕਾਂ ਵੱਲ ਦੇਖੀਦਾ, ਜਿੰਨਾ ਅਮੀਰ ਹੈ ਬੰਦਾ ਓਨਾ ਹੀ ਫਿਕਰਮੰਦ ਹੈ, ਓਨਾ ਹੀ ਚਿੰਤਾ ਦੇ ਨਾਲ ਘਿਰਿਆ ਹੋਇਆ, ਓਨਾ ਹੀ ਕਲੇਸ਼ ਘੇਰੀ ਰੱਖਦੇ ਨੇ। ਜਿੰਨਾ ਵੱਡਾ ਕਿਸੇ ਦਾ ਐਮਪਾਇਰ ਹੁੰਦਾ, ਜਿੱਡਾ ਵੱਡਾ ਕੋਈ ਰਾਜਾ ਹੁੰਦਾ, ਇੰਨੀ ਚਿੰਤਾ ਉਹਨੂੰ ਲੱਗੀ ਰਹਿੰਦੀ ਹੈ ਕਿ ਕਿਤੇ ਖੁੱਸ ਨਾ ਜਾਏ, ਕਿਤੇ ਹੱਥੋਂ ਨਾ ਨਿਕਲ ਜਾਏ, ਕਿਤੇ ਕੋਈ ਖੋਹ ਨਾ ਲਵੇ, ਕਿਤੇ ਹਮਲਾ ਨਾ ਕੋਈ ਕਰ ਦੇਵੇ। ਜੇ ਸੁੱਖ ਮਿਲਦਾ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਮਿਲਦਾ, ਜੇ ਫਿਰ ਭਾਵੇਂ ਰਾਜ ਭਾਗ ਹੀ ਕਿਉਂ ਨਾ ਮਿਲੇ ਹੁਣ, ਤਾਂ ਵੀ ਬੰਦਾ ਸੁਖੀ ਹੁੰਦਾ। ਫਿਰ ਭਾਵੇਂ ਕਿੰਨਾ ਅਮੀਰ ਕਿਉਂ ਨਾ ਹੋਵੇ, ਫਿਰ ਵੀ ਬੰਦਾ ਸੁਖੀ ਹੁੰਦਾ, ਕਿਉਂਕਿ ਪਰਮਾਤਮਾ ਦੀ ਕਿਰਪਾ ਸ਼ਾਮਿਲ ਹੈ। ਅਸਲ ਵਿੱਚ ਸੁੱਖ, ਘਨੇ ਸੁੱਖ, ਬਹੁਤੇ ਸੁੱਖ, ਵੱਡੇ ਸੁੱਖ ਜਿਹੜੇ ਨੇ, ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਮਿਲਦੇ ਜੇ। ਅਤੇ ਮਹਾਰਾਜ ਇੱਥੇ ਇਸ ਗੱਲ ਨੂੰ ਬੜਾ ਸਪਸ਼ਟ ਕਰਦੇ ਨੇ, ਤੂੰ ਸਾਡਾ ਮਾਂ ਪਿਓ ਹਾਂ, ਅਸੀਂ ਤੇਰੇ ਬੱਚੇ ਹਾਂ, ਅਤੇ ਤੇਰੀ ਕਿਰਪਾ ਦੇ ਨਾਲ ਹੀ ਸੁੱਖ ਨੇ, ਬਹੁਤੇ ਸੁੱਖ ਨੇ, ਸੁੱਖ ਘਨੇਰੇ, ਕੋਈ ਨਾ ਜਾਣੇ ਤੁਮਰਾ ਅੰਤ, ਨੋਬਡੀ ਨੋਜ਼ ਵੇਅਰ ਯੂ ਐਂਡ, ਨੋਬਡੀ ਨੋਜ਼ ਯੋਰ ਲਿਮਿਟਸ, ਕੋਈ ਤੇਰਾ ਅੰਤ ਨਹੀਂ ਜਾਣਦਾ, ਕਿਉਂਕਿ ਤੂੰ ਹੈ ਹੀ ਬੇਅੰਤ, ਯੂ ਆਰ ਐਂਡਲੈਸ, ਯੂ ਆਰ ਲਿਮਿਟਲੈਸ। ਉੱਚੇ ਤੇ ਉੱਚਾ ਭਗਵੰਤ, ਹੇ ਮੇਰੇ ਭਗਵਾਨ, ਹੇ ਮੇਰੇ ਪਰਮਾਤਮਾ ਜੀ, ਤੁਸੀਂ ਉੱਚੇ ਤੋਂ ਵੀ ਉੱਚੇ ਹੋ, ਜਿਸ ਉੱਚਾਈ ਨੂੰ ਅਸੀਂ ਇਮੈਜਿਨ ਕਰ ਸਕਦੇ ਹਾਂ, ਉਸ ਉੱਚਾਈ ਤੋਂ ਵੀ ਤੁਸੀਂ ਉੱਚੇ ਹੋ, ਉੱਚਿਆਂ ਤੋਂ ਵੀ ਉੱਚੇ ਹੋ, ਤੁਹਾਡੇ ਤੋਂ ਉੱਚਾ ਹੋਰ ਕੋਈ ਨਹੀਂ, ਯੂ ਆਰ ਦ ਲੋਫਟੀਐਸਟ, ਦੇਰ ਇਜ਼ ਨੋ ਵਨ ਐਲਸ ਹਾਇਰ ਦੈਨ ਯੂ, ਗ੍ਰੇਟਰ ਦੈਨ ਯੂ। ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ, ਇਸ ਸ੍ਰਿਸ਼ਟੀ ਵਿੱਚ ਹਰ ਇੱਕ ਜਿਹੜਾ ਮਟੀਰੀਅਲ ਹੈ, ਇਹਨੂੰ ਸਮੱਗਰੀ ਕਹਿੰਦੇ ਨੇ, ਸਮੱਗਰੀ ਮਤਲਬ ਮਟੀਰੀਅਲ, ਜੋ ਵੀ ਫਿਜ਼ੀਕਲ ਸਾਨੂੰ ਨਜ਼ਰ ਆਉਂਦਾ ਹੈ। ਮਹਾਰਾਜ ਕਹਿੰਦੇ ਨੇ ਤੁਮਰੇ ਸੂਤਰ ਧਾਰੀ, ਸੂਤਰ ਕਹਿੰਦੇ ਨੇ ਥਰੈਡ ਨੂੰ, ਧਾਗੇ ਨੂੰ, ਅਤੇ ਸੂਤਰ ਧਾਰੀ ਮਤਲਬ ਤੇਰੇ ਥਰੈਡ ਦੇ ਉੱਤੇ ਸਾਰੇ ਪਰੋਏ ਹੋਏ ਨੇ, ਤੇਰੇ ਥਰੈਡ ਦੇ ਉੱਤੇ, ਤੇਰੇ ਧਾਗੇ ਦੇ ਉੱਤੇ ਸਭ ਪਰੋਏ ਹੋਏ ਨੇ। ਤੂੰ ਧਾਗਾ ਖਿੱਚਦਾ, ਤੁਰੇ ਆਉਂਦੇ ਨੇ, ਤੂੰ ਧਾਗਾ ਛੱਡਦਾ, ਪਰੇ ਚਲੇ ਜਾਂਦੇ ਨੇ, ਜਿਵੇਂ ਕਠਪੁਤਲੀ ਹੁੰਦੀ ਹੈ ਨਾ, ਦ ਪਪਿਟ, ਪਪਿਟ ਦਾ ਸ਼ੋਅ ਕਦੀ ਦੇਖੋ ਤਾਂ ਉਹ ਸਾਰਾ ਥਰੈਡਸ ਦਾ ਕੰਮ ਹੈ, ਹੱਥਾਂ ਦੇ ਨਾਲ ਪੁਤਲੀਆਂ ਨੂੰ ਨਚਾਈ ਫਿਰਦੇ ਨੇ ਉਹ। ਇਸੇ ਤਰ੍ਹਾਂ ਸਾਰੀ ਹੀ ਸਮੱਗਰੀ ਦੁਨੀਆ ਵਿੱਚ ਜੋ ਵੀ ਨਜ਼ਰ ਆਉਂਦਾ ਹੈ,
everything physical in this world is stuck on your string. Tere sutar de vich paroya hoya hai. Tere ishaaryan te nachda piya hai. Tere ishaaryan te chalda hai. Tere hukam to bahar kuj nahi chalda. Tere hukam da dhaga har ik de vich paroya hoya hai. Sagal samagri tumre sutar dhari tum te hoye. Tere to sab kuj paida hoya hai. So agyakari te tere hi agya vich tere hi order de vich sab kuj chalda hai. There's nothing which can happen in this world against your order or outside your will. The akhri to kahan shabdiyan tumri gat mit tum hi jani. Gat kehnde ne status nu gati. Whatever is your status is only known to you. Nobody can know it. Te mit da matlab hunda milna, measure kar lena, naap lena. Koi tenu nahi mil sakda. Nobody can evaluate you. Nobody can measure you. Nobody can even know your status. Teri gat te teri ginti minti tu aap hi janda hai. Tum hi jani. Par main ki karan Nanak das sada qurbani. Main tere ton qurban jan. Tere gun ta main nahi ga sakda. Tenu puri tarah main samajh vi nahi sakda. Tere tak main appad vi nahi sakda. ਪਰ ਤੇਰੇ ਤੋਂ ਕੁਰਬਾਨ ਜਾਣਾ ਹੈ ਤੇਰੇ ਤੋਂ ਬਲਿਹਾਰ ਜਾਣਾ ਹੈ ਆਮ ਅ ਸੈਕਰੀਫਾਈਸ ਟੂ ਯੂ ਤੂੰ ਕਿੰਨਾ ਵੱਡਾ ਤੂੰ ਆਪ ਹੀ ਜਾਣਦਾ ਮੈਂ ਨਹੀਂ ਜਾਣਦਾ ਸੁਣ ਵੱਡਾ ਆਖੇ ਸਭ ਕੋਏ ਸਭ ਸੁਣ ਸੁਣ ਕੇ ਵੱਡਾ ਕਹੀ ਜਾਂਦੇ ਨੇ ਕੇਵਡ ਵੱਡਾ ਡੀਠਾ ਹੋਏ ਕਿਨੇ ਦੇਖਿਆ ਵੀ ਕਿੱਡਾ ਵੱਡਾ ਹੈ ਕੀਮਤ ਪਾਏ ਨਾ ਕਹਿਆ ਜਾਏ ਕੋਈ ਤੇਰੇ ਤੇ ਪ੍ਰਾਈਜ਼ ਟੈਗ ਨਹੀਂ ਲਾ ਸਕਦਾ ਵੀ ਤੇਰੀ ਆਹ ਕੀਮਤ ਹੈ ਆਹ ਤੇਰਾ ਮੁੱਲ ਹੈ ਕੋਈ ਤੇਰੇ ਬਾਰੇ ਕੁਝ ਨਹੀਂ ਕਹਿ ਸਕਦਾ ਕਿਉਂ ਕਿਉਂਕਿ ਕਹਿਣ ਵਾਲੇ ਤੇਰੇ ਰਹੇ ਸਮਾਏ ਇਹ ਤੇਰਾ ਹੀ ਤਾਂ ਹਿੱਸਾ ਨੇ ਸਾਰੇ ਇਹ ਤੇਰਾ ਤਾਂ ਅੰਗ ਨੇ ਇਹ ਤੇਰੇ ਵਿੱਚ ਹੀ ਤੇ ਸਮਾਏ ਹੋਏ ਨੇ ਤੇ ਤੈਨੂੰ ਕਿੱਦਾਂ ਜਾਣ ਸਕਦੇ ਨੇ ਹਾਊ ਕੈਨ ਅ ਫਿੰਗਰ ਨੋ ਦ ਐਂਟਾਇਰ ਬੋਡੀ ਆਫ ਅ ਹਿਊਮਨ ਬੀਂਗ ਉਹ ਤੇ ਆਪ ਇੱਕ ਛੋਟਾ ਜਿਹਾ ਕਿਣਕਾ ਅਸੀਂ ਆਪ ਇੱਕ ਛੋਟਾ ਜਿਹਾ ਕਿਣਕਾ ਹਾਂ ਉਹਦੇ ਪਸਾਰੇ ਦੇ ਅਤੇ ਅਸੀਂ ਉਹਦੇ ਪਸਾਰੇ ਦਾ ਇੱਕ ਛੋਟਾ ਜਿਹਾ ਹਿੱਸਾ ਹਾਂ ਅਸੀਂ ਕੀ ਜਾਣ ਸਕਦੇ ਨਾਨਕ ਦਾਸ ਸਦਾ ਕੁਰਬਾਨੀ ਸਤਿਗੁਰੂ ਮਿਹਰ ਕਰਨ ਕਿਰਪਾ ਕਰਨ ਕੀਰਤਨ ਦੀ ਸਮਾਪਤੀ ਦਾ ਜਿਵੇਂ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਹੁਕਮ ਕੀਤਾ ਸੀ ਕਿ 10 ਮਿੰਟ ਉੱਪਰ ਕ੍ਰਿਸ਼ਨ ਤੇ ਆਈਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਦਿਖੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਏਕ ਬਹਾਦਰ ਸਿਮਰਿਆ ਕਰ ਨਾਉਣੇ ਦਿਆਵੇ ਤਾਏ ਸਭ ਧਾਈ ਹੋਏ ਸਹਾਈ ਏਕ ਬਹਾਦਰ ਸਿਮਰਿਆ ਏਕ ਬਹਾਦਰ ਸਿਮਰਿਆ ਬਹੁਤ ਹੀ ਧੰਨਵਾਦੀ ਹਾਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਸੱਚੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਨ੍ਹਾਂ ਨੇ ਇਹ ਸੋਹਣਾ ਸਮਾਂ ਇਹ ਸਫਲ ਘੜੀਆਂ ਸਾਡੀ ਝੋਲੀ 'ਚ ਪਾਈਆਂ